पार्टी प्रधान अते संसद मेंबर सिमरनजीत सिंह मान अते उन्हां दी दस्तार दे प्रति कुछ लोकां दे वल्लों अपमानजनक शब्द कहे गए सन ते हुण इह मामला काफी भखिया होया है। इस मामले नूं लै के सिखां दे विच भारी रोस पाया जा रहा है। इसे दे तहत हुण श्रोमणी अकाली दल अमृतसर दे आगुआं दे वल्लों बरनाला दे डिप्टी कमिश्नर नूं इस मामले संबंधी एक मंग पत्र सौंपिया गया। इस मौके उते श्रोमणी अकाली दल अमृतसर दे जिला प्रधान दर्शन सिंह, श्रोमणी अकाली दल अमृतसर दे युवा बैंक दे जिला प्रधान गुरप्रीत सिंह मौके ते मौजूद सन। इस मौके उते आगुआं दे वल्लों पंजाब सरकार खिलाफ खूब नारेबाजी कीती गई है ते उन्हां नूं मंग कीती गई कि जो दोषी हन उन्हां दे खिलाफ कानूनी कार्रवाई कीती जावे अते इसे संबंधी ही ओ मंग पत्र देण आए हन। ਤੁਸੀਂ ਇੱਥੇ ਸਾਡੇ ਬੜੇ ਸਤਿਕਾਰਯੋਗ ਡਿਪਟੀ ਕਮਿਸ਼ਨਰ ਸਾਹਿਬ ਨੇ ਜੋ ਸਾਹਿਬ ਨੂੰ ਇੱਥੇ ਮੰਗ ਪੱਤਰ ਦੇਣ ਆਏ ਆ ਜੋ ਸਾਨੂੰ ਪਾਰਟੀ ਦੀ ਹਾਈ ਕਮਾਂਡ ਵੱਲੋਂ ਭੇਜਿਆ ਗਿਆ ਉਹ ਇਹ ਕਿ ਅੱਜ ਦਾ ਜੋ ਸਮੇਂ ਦਾ ਮਾਹੌਲ ਜੋ ਬਣਿਆ ਹੋਇਆ ਉਸ ਨੂੰ ਜਾਣ ਬੁੱਝ ਕੇ ਇੱਕ ਗਲਤ ਦਿਸ਼ਾ ਵਾਲੇ ਪਾਸੇ ਲੈ ਕੇ ਜਾਇਆ ਜਾ ਰਿਹਾ ਕਿਉਂਕਿ ਸਿਮਰਨਜੀਤ ਸਿੰਘ ਮਾਨ ਨੇ ਜੋ ਇੱਕ ਅਮਨ ਪਸੰਦ ਔਰ ਇੱਕ IPS ਆਫੀਸਰ ਰਹਿ ਚੁੱਕੇ ਨੇ ਉਹਨਾਂ ਨੂੰ ਪਤਾ ਕਿ ਸਮਾਜ ਦੇ ਵਿੱਚ ਕਿਸ ਤਰੀਕੇ ਨਾਲ ਰਹਿਣਾ ਜਾਂ ਕਿਸ ਤਰੀਕੇ ਨਾਲ ਇੱਥੋਂ ਦੇ ਲੋਕ ਆ ਜਿਹੜੇ ਉਹ ਰਹਿਣਾ ਪਸੰਦ ਕਰਦੇ ਆ ਔਰ ਵੱਡੀ ਗੱਲ ਹੈ ਕਿ ਹਾਲ ਦੀ ਘੜੀ ਉਹ ਸੰਸਦ ਚੁਣ ਕੇ ਭੇਜੇ ਜਾ ਚੁੱਕੇ ਆ ਅਤੇ ਦੂਸਰੇ ਪਾਸੇ ਜੇ ਗੱਲ ਕਰੀਏ ਜੋ ਆਮ ਆਦਮੀ ਪਾਰਟੀ ਦੇ ਜਿਹੜੇ ਲੋਕ ਸੀਗੇ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਵਿਰੋਧ ਦੇ ਵਿੱਚ ਲੋਕਾਂ ਦਾ ਰੋਹ ਜਿਹੜਾ ਭਟਕ ਰਿਹਾ ਸੀ ਉਹਦੇ ਕਈ ਕਾਰਨ ਆ ਜਿੱਦਾਂ ਕਿ ਉਹਨਾਂ ਨੇ 7 ਜਿਹੜੇ ਰਾਜ ਸਭਾ ਮੈਂਬਰ ਸੰਸਦ ਦੇ ਵਿੱਚ ਭੇਜੇ ਆ ਉਹ ਇੱਕ ਵੀ ਪੰਜਾਬ ਨਾਲ ਸੰਬੰਧ ਨਹੀਂ ਰੱਖਦਾ ਜੇ ਰੱਖਦਾ ਤਾਂ ਉਹ ਸਾਮਰਾਜਵਾਦੀ ਨੇ ਠੀਕ ਹੈ ਉਹ ਵੱਡੇ ਧਨਾੜ ਲੋਕ ਹੈ ਅਤੇ ਉਹਨਾਂ ਲੋਕਾਂ ਨੇ ਆਮ ਲੋਕਾਂ ਦੀ ਕੀ ਗੱਲਾਂ ਕਰਨੀਆਂ ਸੋ ਇਸ ਕਰਕੇ ਉਹ ਸਾਰੀਆਂ ਦਿਸ਼ਾਵਾਂ ਨੂੰ ਮੋੜਨ ਦੇ ਲਈ ਜੋ ਵੱਡੇ ਵੱਡੇ ਵਾਅਦੇ ਕਰਕੇ ਆਮ ਆਦਮੀ ਪਾਰਟੀ ਇੱਥੇ ਉਤਰੀ ਸੀ ਉਹ ਸਾਰੀ ਦਿਸ਼ਾ ਨੂੰ ਮੋੜਨ ਦੇ ਲਈ ਅੱਜ ਦਾ ਜੋ ਮਾਹੌਲ ਹੈ ਜਿਵੇਂ ਉਹ ਜਸਵੰਤ ਸਿੰਘ ਪਹਾੜਾ ਜੋ ਹੈਗਾ ਉਹ ਵੀ ਬਿਆਨ ਦੇ ਰਹੇ ਆ ਦਸਤਾਰ ਉਤਾਰਨ ਵਾਲਾ ਦਸਤਾਰ ਸਾਡੀ ਸਿੱਖਾਂ ਦੀ ਸ਼ਾਨ ਹੈ ਔਰ ਉਸ ਦੇ ਉੱਤੇ ਇਸ ਤਰ੍ਹਾਂ ਦੇ ਬਿਆਨ ਦੇ ਨੇ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੇ ਜਾਣਗੇ ਔਰ ਇਸ ਕਰਕੇ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਹੈ ਜਿਹੜੇ ਲੋਕ ਇਹ ਮਾਹੌਲ ਭੜਕਾਉਣਾ ਚਾਹੁੰਦੇ ਆ ਅਤੇ ਉਹਨਾਂ 'ਤੇ ਬਣਦੀ ਜਿਹੜੀ ਕਾਰਵਾਈ ਹੈ ਉਹ ਕੀਤੀ ਹੈ। ਨਹੀਂ ਦੇਖੋ ਜੋ ਮਾਨ ਸਾਹਿਬ ਨੇ ਬਿਆਨ ਦਿੱਤਾ ਬਾਈ ਜੀ ਮਾਨ ਸਾਹਿਬ ਦੇ ਬਿਆਨ ਦੀ ਗੱਲ ਕਰਾਂ ਸਿਰਫ 2% ਹੈ 98% ਵਾਲੇ ਬਾਕੀ ਹੈ। ਮਾਨ ਸਾਹਿਬ ਕੀ ਕਹਿਣਾ ਚਾਹੁੰਦੇ ਹੈ ਜੋ ਪੂਰੀ ਗੱਲ ਕੀ ਹੈ ਉਹ ਕਦੇ ਡਿਟੇਲ ਹੋਊਗੀ ਪ੍ਰੈਸ ਕਾਨਫਰੰਸ ਹੋਊਗੀ ਤੁਹਾਡੇ 'ਚ ਆ ਜਾਣੀ ਹੈ। ਸਿਰਫ 2% ਦੇ ਉੱਤੇ ਅਸੀਂ ਸਾਰਿਆਂ ਨੇ ਉਹਦਾ ਪ੍ਰੋਪੋਗੰਡਾ ਬਣਾ ਕੇ ਇੱਕ ਚੰਗੇ ਸੋਹਣੇ ਬਣਦੇ ਸਮਾਜ ਦੇ ਵਿੱਚ ਦੇਖੋ MP ਨੇ ਸੰਸਦ ਨੇ ਮੈਂ ਪਹਿਲਾਂ ਵੀ ਕਿਹਾ IPS ਨੇ ਉਹਨਾਂ ਦਾ ਕੋਈ ਵੀ ਬਿਆਨ ਬੇਤੁਕਾ ਨਹੀਂ ਹੁੰਦਾ। ਉਹਨਾਂ ਨੂੰ ਪਹਿਲਾਂ ਵੀ ਕੋਰਟਾਂ ਨੇ ਵਰੀ ਕੀਤਾ ਕਿ ਨਹੀਂ ਦੇਸ਼ ਧਰੋਹ ਦੇ ਮੁਕੱਦਮੇ ਉਹਨਾਂ ਦੇ ਵਿੱਚੋਂ ਵੀ ਮਾਨ ਸਾਹਿਬ ਵਰੀ ਹੋਇਆ ਔਰ ਮਾਨ ਸਾਹਿਬ ਦੇ ਉੱਪਰ ਇੱਕ ਵੀ ਇੱਦਾਂ ਦੀ ਬਲੇਮ ਨਹੀਂ ਹੈ ਕਿ ਉਹਨਾਂ ਨੇ ਕਿਸੇ ਹਿੰਦੂ ਭਾਈਚਾਰੇ ਨੂੰ ਕਦੇ ਗਲਤ ਬੋਲਿਆ ਹੋਵੇ ਜਾਂ ਹਿੰਦੂ ਭਾਈਚਾਰੇ ਦੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਕਦੇ ਮੁਸਲਮਾਨ ਭਾਈਚਾਰੇ ਨੂੰ ਜਾਂ ਕਦੇ ਇੱਦਾਂ ਦਾ ਇੱਕ ਵੀ ਦਿਖਾ ਦਿਓ ਜੋ 40 ਸਾਲਾਂ ਦਾ ਮਾਨ ਸਾਹਿਬ ਦਾ ਰਿਕਾਰਡ ਹੈ। ਸੋ ਇਸ ਕਰਕੇ ਉਹ ਸਾਫ਼ ਸੁਥਰਾ ਰੱਖਤਾ ਬਾਈ 98% ਮਾਨ ਸਾਹਿਬ ਦਾ ਬਿਆਨ ਬਾਕੀ ਹੈ ਮੈਂ ਇਹੀ ਕਹਿਣਾ ਚਾਹੁੰਦਾ ਆਪਾਂ ਨੂੰ ਇੰਤਜ਼ਾਰ ਕਰਨਾ ਚਾਹੀਦਾ ਕਦੋਂ ਪ੍ਰਧਾਨ ਸਾਹਿਬ ਉਹਦੇ ਬਾਰੇ ਖੁੱਲ੍ਹ ਕੇ ਬੋਲਦੇ ਆ। ਸੋ ਇਸ ਕਰਕੇ ਪਰ ਮੈਂ ਇੱਕ ਗੱਲ ਜ਼ਰੂਰ ਤੁਹਾਡੇ ਨਾਲ ਯਾਰ ਕਰਦਾ ਕਿ ਜੋ ਭਗਤ ਸਿੰਘ ਦਾ ਨਾਰਾ ਸੀ ਨਾ ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮੁਰਦਾਬਾਦ ਪਰ ਮੈਨੂੰ ਉਹ ਦੱਸਣ ਜਿਹੜੇ ਉਹ ਸਾਮਰਾਜੀਆਂ ਨੂੰ ਲਿਆ ਲਿਆ ਤੁਹਾਡੇ 'ਤੇ ਥੋਪ ਰਿਹਾ ਚਾਹੇ ਉਹ ਲੁਧਿਆਣਾ ਵਾਲਾ ਹੋਵੇ ਸੰਸਦ ਦੇ ਵਿੱਚ ਭੇਜਿਆ ਅਤੇ ਚਾਹੇ ਉਹ ਭਾਈ ਰਾਘੂ ਚੱਡੇ ਹੋਣੀ ਸਾਰੇ ਸਾਮਰਾਜਵਾਦੀ ਹੈ ਅਤੇ ਫਿਰ ਇੱਥੇ ਲੋਕਾਂ ਦੀ ਗੱਲ ਕਿੱਥੇ ਭਗਤ ਸਿੰਘ ਤਾਂ ਲੋਕਾਂ ਦੀ ਗੱਲ ਕਰਦਾ ਸੀ ਫਿਰ ਉਹ ਲੋਕਾਂ ਦੀਆਂ ਗੱਲਾਂ ਕਿੱਥੇ ਹੈ। ਸੋ ਇਸ ਕਰਕੇ ਮਾਨ ਸਾਹਿਬ ਦੇ ਉੱਪਰ ਉਂਗਲ ਚੁੱਕਣੀ ਉਸ ਤੋਂ ਪਹਿਲਾਂ ਆਪਣੇ ਬੋਝੇ ਦੇ ਵਿੱਚ ਆਪਣਾ ਪਰਦਾ ਚੱਕ ਕੇ ਵੇਖਣਾ ਚਾਹੀਦਾ ਅਸੀਂ ਕੀ ਕੀਤਾ ਭਗਤ ਸਿੰਘ ਲਈ। ਹਾਲੇ ਤੱਕ ਤੁਸੀਂ ਮੈਨੂੰ ਦੱਸੋ ਜਿਹੜੇ ਇਹ ਭਗਤ ਸਿੰਘ ਤਹਿਸੀਲ ਘਾਉਂਦੇ ਆ ਕਿਸੇ ਨੇ ਵਿਧਾਨ ਸਭਾ ਜਾ ਕੇ ਘੇਰੀ ਕਿਸੇ ਨੇ ਉੱਥੇ ਮਤਾ ਪਾਉਣ ਦੀ ਕੋਸ਼ਿਸ਼ ਕੀਤੀ ਕਿ ਭਗਤ ਸਿੰਘ ਨੂੰ ਭਾਈ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਕਿਉਂ ਨਹੀਂ ਦਿੱਤਾ ਜਾਂਦਾ। ਸੋ ਇਸ ਕਰਕੇ ਇਕੱਲਾ ਸਿਮਰਨਜੀਤ ਮਾਨ ਸਾਹਿਬ ਦੇ 2% ਬਿਆਨ ਨੂੰ ਮੁੱਦਾ ਬਣਾ ਕੇ ਸਾਡਾ ਮਾਹੌਲ ਭੜਕਾ ਦੇਣਾ ਇਹ ਜਾਇਜ਼ ਨਹੀਂ ਹੈ। ਸੋ ਇਸ ਕਰਕੇ ਇਹ ਅਮਨ ਪਸੰਦ ਨਾਲ ਇੱਥੋਂ ਦੇ ਲੋਕ ਰਹਿਣਾ ਚਾਹੁੰਦੇ ਹੈ ਬੜਾ ਸ਼ਾਂਤਮਈ ਸਾਰਾ ਕੁਝ ਚੱਲ ਰਿਹਾ ਇੱਥੇ ਵਿਕਾਸ ਦੀ ਲੋੜ ਹੈ ਜਿਹੜੀ ਵੱਡੀ ਗੱਲ ਹੈ ਉਹ ਵਿਕਾਸ ਕੀਤਾ ਜਾਵੇ ਇੱਥੋਂ ਦੇ ਲੋਕਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਣ ਜੋ ਵੱਡੇ ਵੱਡੇ ਲਾਰੇ ਲਾਏ ਸੀ ਅੱਜ ਤੁਸੀਂ ਦੇਖੋ ਧਰਨਾ ਲੱਗਿਆ ਭਾਈ ਸਾਹਿਬ ਤੁਸੀਂ ਕਰਕੇ ਆਏ ਹੋ ਵਾਈਟ ਹੋਰ ਬੜੀਆਂ ਵਾਈਟਾਂ ਤੁਹਾਨੂੰ ਮਿਲ ਜਾਣਗੀਆਂ ਬੜੇ ਲੋਕ ਔਖੇ ਆ। ਸੋ ਇਸ ਕਰਕੇ ਆਓ ਜਿੰਨਾ ਸਾਡਾ ਪ੍ਰਸ਼ਾਸਨ ਆ ਜਿੰਨੇ ਸਾਡੇ ਮੁਲਾਜ਼ਮ ਆ ਜਿਨ੍ਹਾਂ ਨੂੰ ਡਾਂਗਾਂ ਦੇ ਨਾਲ ਜਿਹੜੇ ਅਧਿਆਪਕ ਅਜੇ ਅੱਜ ਆਪਾਂ ਭਗਤ ਸਿੰਘ ਦੀ ਗੱਲ ਕਰੀਏ ਤਾਂ ਭਗਵੰਤ ਮਾਨ ਦੀ ਕੋਠੀ ਤੋਂ ਭਗਤ ਸਿੰਘ ਦਾ ਪਰਿਵਾਰ ਉੱਠ ਕੇ ਗਿਆ ਉਹਨਾਂ ਨੂੰ ਮਿਲਿਆ ਨਹੀਂ ਗਿਆ ਫਿਰ ਉਦੋਂ ਸੋਚ ਕਿੱਥੇ ਸੀ। ਸੋ ਇਸ ਕਰਕੇ ਭਗਤ ਸਿੰਘ ਦੀ ਸੋਚ ਜੇ ਬਚਾਉਣੀ ਜਾਂਦੇ ਤਾਂ ਉਹਨਾਂ ਨੂੰ ਬਚਾਉਣੀ ਚਾਹੀਦੀ ਆ ਆਮ ਲੋਕਾਂ ਦੇ ਕੰਮ ਕਰਨੀ ਚਾਹੀਦੀ ਅਸੀਂ ਤਾਂ ਇੰਨੀ ਕਹਿਣਾ ਚਾਹੁੰਦੇ ਹਾਂ ਤੇ ਜਿਹੜੇ ਮਾਹੌਲ ਖਰਾਬ ਕਰ ਰਹੇ ਉਹਨਾਂ ਤੇ ਪਰਚੇ ਦਾ। ਬਰਨਾਲਾ ਤੋਂ ਪ੍ਰਵੀਨ ਰਿਸ਼ੀ ਦੀ ਰਿਪੋਰਟ ਸਕਾਈ ਨਿਊਜ਼ ਪੰਜਾਬ। ਹਰ ਖਬਰ ਦੀ ਤਾਜ਼ਾ ਅਪਡੇਟ ਜਾਣਨ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ Facebook ਪੇਜ ਨੂੰ ਲਾਈਕ ਅਤੇ ਸ਼ੇਅਰ ਕਰੋ।